ਸਾਬਤ ਕਰਨਾ ਹੈ। ਜੇ ਮੈਂ ਤੁਹਾਨੂੰ ਪਤਰਸ ਦੀ ਸਟੋਰੀ ਕਹਾਣੀ ਦੱਸਾਂ ਤੇ ਪਤਰਸ ਨੇ ਲਿਖਿਆ ਯੂਹੰਨਾ ਉਸਦੇ ਪਤਰਸ ਨੇ ਲਿਖਿਆ ਕਿ ਉਹ ਤਿੰਨ ਵਾਰ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰ ਦਿੱਤਾ, ਪ੍ਰਭੂ ਯਿਸੂ ਮਸੀਹ ਦਾ। ਔਰ ਉਹਨੇ ਕੀ ਕੀਤਾ, ਇਨਕਾਰ ਦਿੱਤਾ ਪ੍ਰਭੂ ਯਿਸੂ ਮਸੀਹ ਨੂੰ। ਕਿਉਂ? ਕਿਉਂਕਿ ਉਦੋਂ ਉਸਨੂੰ ਪਵਿੱਤਰ ਆਤਮਾ ਮਿਲਿਆ ਹੋਇਆ ਨਹੀਂ ਸੀ। ਇਹ ਨਹੀਂ ਸੀ ਕਿ ਉਹਦੇ ਦਿਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਲਈ ਪਿਆਰ ਨਹੀਂ ਸੀ ਲਿਖਿਆ, ਉਹਦੇ ਲਈ ਦਿਲ ਵਿੱਚ ਯਿਸੂ ਦੇ ਲਈ ਪਿਆਰ ਸੀ। ਉਹਨੇ ਕਿਹਾ, ਪ੍ਰਭੂ ਜਿੱਥੇ ਤੂੰ ਜਾਵੇਂਗਾ, ਜਿੱਥੇ ਤੂੰ ਜਾਵੇਂਗਾ, ਤੇ ਕਹਿੰਦਾ ਵੀ ਭਾਵੇਂ ਮੈਨੂੰ ਤੇਰੇ ਲਈ ਮਰਨਾ ਵੀ ਪਵੇ, ਮੈਂ ਕੀ ਮਰਨ ਨੂੰ ਤਿਆਰ ਹੈ। ਪਰ ਜਦੋਂ ਉਹ ਘੜੀ ਆਈ ਤੇ ਲਿਖਿਆ ਤਿੰਨ ਵਾਰੀ ਪ੍ਰਭੂ ਯਿਸੂ ਦਾ ਇਨਕਾਰ ਕਰ ਦਿੱਤਾ। ਤੇ ਫਿਰ ਪ੍ਰਭੂ ਯਿਸੂ ਮਸੀਹ ਜਦੋਂ ਪ੍ਰਗਟ ਹੋਇਆ ਤੇ ਯਿਸੂ ਮਸੀਹ ਨੇ ਆਣ ਕੇ ਇਹ ਨਹੀਂ ਕਿਹਾ ਕਿ ਪਹਿਲਾਂ ਦੇ ਬੜੇ ਤੁਸੀਂ ਵਾਅਦੇ ਕਰਦੇ ਸੀ ਤੇ ਹੁਣ ਕੀ ਹੋ ਮੈਥੋਂ ਭੱਜ ਗਏ ਜੀ, ਪ੍ਰਭੂ ਯਿਸੂ ਮਸੀਹ ਨੇ ਇੱਦਾਂ ਨਹੀਂ ਕਿਹਾ। ਲਿਖਿਆ ਪ੍ਰਭੂ ਯਿਸੂ ਮਸੀਹ ਜਦੋਂ ਸਭ ਤੋਂ ਪਹਿਲਾਂ ਉਹਨਾਂ ਨੇ ਕੋਲ ਆਇਆ ਤੇ ਪ੍ਰਭੂ ਯਿਸੂ ਮਸੀਹ ਨੇ ਆਣ ਕੇ ਕਿਹਾ ਤੁਹਾਨੂੰ ਸ਼ਾਂਤੀ ਮਿਲੇ। ਤੇ ਫਿਰ ਲਿਖਿਆ ਜਦੋਂ ਉਹਨਾਂ ਨੂੰ ਪਰਖ ਕੇ ਵੇਖਿਆ ਤੇ ਫਿਰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਫਿਰ ਕਿਹਾ ਪਹਿਲੀ ਵਾਰੀ ਮੈਂ ਹੈ, ਫਿਰ ਉਹਨਾਂ ਨੇ ਪਹਿਲੀ ਵਾਰੀ ਤੇ ਡਰ ਹੀ ਗਏ ਹੈਂ। ਤੇ ਲਿਖਿਆ ਫਿਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਹਾਨੂੰ ਸ਼ਾਂਤੀ ਮਿਲੇ। ਤੇ ਲਿਖਿਆ ਉਹਨੂੰ ਫੂਕ ਮਾਰੀ ਤੇ ਉਹਨਾਂ ਕਿਹਾ ਪਵਿੱਤਰ ਆਤਮਾ ਮੈਂ ਤੁਹਾਨੂੰ ਦਿੰਦਾ ਹੈ, ਹੁਣ ਕੀ ਕਰੋ, ਤੁਸੀਂ ਇੰਤਜ਼ਾਰ ਕਰੋ ਤੇ ਮੈਂ ਜਦੋਂ ਜਾਵਾਂਗਾ ਸਹਾਇਕ ਘੱਲਾਂਗਾ ਤੇ ਉਹ ਕੀ ਕਰੇਗਾ, ਤੁਸੀਂ ਉੱਪਰੋਂ ਸ਼ਕਤੀ ਪਾਓਗੇ, ਯਰੂਸ਼ਲਮ ਯਹੂਦੀਆ ਸਾਮਰੀਆ ਦੇ ਵਿੱਚ ਕੀ ਹੋਵੋਗੇ, ਮੇਰੇ ਗਵਾਹ ਹੋਵੋਗੇ। ਪ੍ਰਭੂ ਯਿਸੂ ਮਸੀਹ ਖੁਦ ਆਤਮਾ ਦੀ ਅਗਵਾਈ ਨਾਲ ਚੱਲਦਾ ਸੀ, ਉਹਨੇ ਫਿਰ ਪਵਿੱਤਰ ਆਤਮਾ ਨੂੰ ਕੀ ਹੈ ਅੱਜ ਤੋਂ 2000 ਸਾਲ ਪਹਿਲਾਂ 35 ਕੁਸਤਰੇ ਦੇ ਦਿਨ ਇਸ ਦੁਨੀਆਂ ਦੇ ਵਿੱਚ ਘੱਲ ਦਿੱਤਾ ਹੈ। ਤੇ ਹੁਣ ਹਰ ਇੱਕ ਵਿਸ਼ਵਾਸੀ ਨੇ ਵੀ ਕੀ ਕਰਨਾ ਹੈ, ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਕੀ ਕਰਨਾ, ਜੀਵਨ ਬਤੀਤ ਕਰਨਾ। ਜੇ ਸਾਡੇ ਕੋਲ ਆਤਮਾ ਨਹੀਂ ਹੋਏਗਾ ਅਸੀਂ ਡਰ ਜਾਵਾਂਗੇ, ਜੇ ਸਾਡੇ ਕੋਲ ਆਤਮਾ ਨਹੀਂ ਹੋਏਗਾ ਅਸੀਂ ਚਿੰਤਾਗਾਮ ਪਰੇਸ਼ਾਨੀਆਂ ਦੇ ਵਿੱਚ ਫਸ ਕੇ ਜੀਵਨ ਨੂੰ ਬਤੀਤ ਕਰਾਂਗੇ, ਫਿਰ ਉਹ ਜੈਵੰਤ ਜੇਤੂ ਜੀਵਨ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਸਰੀਰ ਤੇ ਸਾਡੇ ਲਈ ਲਿਆ ਉਹਨੂੰ ਨਹੀਂ ਲੈ ਸਕਦੇ। ਔਰ ਪਤਰਸ ਨੂੰ ਜਦੋਂ ਪਵਿੱਤਰ ਆਤਮਾ ਮਿਲਿਆ, ਲਿਖਿਆ 21:15-18 ਦੇ ਵਿੱਚ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਉਹਨੇ 3 ਵਾਰੀ ਇਨਕਾਰ ਕੀਤਾ ਪ੍ਰਭੂ ਯਿਸੂ ਮਸੀਹ ਦਾ, ਤੇ 3 ਵਾਰੀ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਬਹਾਲੀ ਕਰਵਾਈ। ਕਿਸ ਤਰ੍ਹਾਂ? ਪ੍ਰਭੂ ਯਿਸੂ ਮਸੀਹ ਨੇ ਲਿਖਿਆ ਉਹਨੂੰ ਪਹਿਲਾਂ ਪੁੱਛਿਆ, ਪਤਰਸ ਕੀ ਤੂੰ ਮੈਨੂੰ ਪਿਆਰ ਕਰਨਾ? ਤੇ ਪਤਰਸ ਕਹਿੰਦਾ ਹਾਂ ਪ੍ਰਭੂ ਮੈਂ ਕੀ ਕਰਦਾ ਤੈਨੂੰ ਪਿਆਰ ਕਰਨਾ। ਉਹ ਕਹਿੰਦਾ ਮੇਰਿਆਂ ਲੇਲਿਆਂ ਨੂੰ ਚਰਾ, ਫੀਡ ਮਾਈ ਲੈਮਸ, ਇਹਨਾਂ ਨੂੰ ਖਵਾ, ਇਹਨਾਂ ਦੇਖ ਰੇਖਾ। ਫਿਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਪਤਰਸ ਕੀ ਤੂੰ ਮੈਨੂੰ ਪਿਆਰ ਕਰਨਾ? ਪਤਰਸ ਕਹਿੰਦਾ ਹਾਂ ਪ੍ਰਭੂ ਮੈਂ ਕੀ ਕਰਦਾ ਤੈਨੂੰ ਪਿਆਰ ਕਰਨਾ। ਤੇ ਫਿਰ ਉਸਨੇ ਕਿਹਾ ਮੇਰੀਆਂ ਭੇਡਾਂ ਨੂੰ ਚਰਾ। ਤੇ ਪ੍ਰਭੂ ਯਿਸੂ ਮਸੀਹ ਨੇ ਫਿਰ ਕਿਹਾ, ਕਹਿੰਦਾ ਪਤਰਸ ਕੀ ਤੂੰ ਮੈਨੂੰ ਪਿਆਰ ਕਰਨਾ? ਤੇ ਪਤਰਸ ਮੈਂ ਕਹਿੰਦਾ ਉਹ ਚਰਾ ਪਿਆਰ ਕਰਦਾ ਸੀ, ਉਹਨੂੰ ਪਤਾ ਸੀ। ਤੇ ਇਸ ਕਰਕੇ ਪ੍ਰਭੂ ਯਿਸੂ ਮਸੀਹ ਉਹਨੂੰ ਬਹਾਲ ਕਰ ਰਿਹਾ ਸੀ। ਇਹ ਪ੍ਰਭੂ ਉਹਨੇ ਕਿਹਾ ਪ੍ਰਭੂ ਤੂੰ ਤੇ ਸਾਰਾ ਕੁਛ ਕੀ ਹੈ ਜਾਣਦਾ ਹੈ, ਤੇ ਤੈਨੂੰ ਪਤਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹੈ ਕਿ ਨਹੀਂ। ਫਿਰ ਉਸਨੇ ਕਿਹਾ ਮੇਰੀਆਂ ਭੇਡਾਂ ਨੂੰ ਫੀਡ ਮਾਈ ਸ਼ੀਪ, ਹੈਂ ਹੁਣ ਕੀ ਮੇਰੀਆਂ ਭੇਡਾਂ ਨੂੰ ਕੀ ਕਰ, ਚਾਰਾ ਖਵਾ। ਹਾਲੇਲੂਯਾ। ਤੇ ਲਿਖਿਆ ਜਦੋਂ ਪੌਲੁਸ ਜਦੋਂ ਹੁਣ ਪਤਰਸ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਦੇ ਸ਼ਕਤੀ ਦੇ ਨਾਲ ਭਰਿਆ ਹੋਇਆ, ਬਹਾਲ ਹੋਇਆ, ਪਵਿੱਤਰ ਆਤਮਾ ਉਹਦੇ ਉੱਤੇ ਆ ਗਿਆ। ਲਿਖਿਆ ਪਤਰਸ ਜਦੋਂ ਪਹਿਲੀ ਵਾਰੀ ਖੜਾ ਹੋਇਆ ਤੇ ਉਹਦੇ ਪਹਿਲੇ ਪ੍ਰਚਾਰ ਦੇ ਦੁਆਰਾ ਹੀ 3000 ਰੂਹਾਂ ਬਚ ਗਈਆਂ। ਅੱਜ ਕਲੀਸੀਆ ਦੇ ਵਿੱਚ ਬੇਦਾਰੀ ਕਿਉਂ ਨਹੀਂ ਹੈ? ਅੱਜ ਕਲੀਸੀਆ ਦੇ ਵਿੱਚ ਫੁੱਟਾਂ ਬੇਤਾਂ ਧੜੇਬਾਜ਼ੀਆਂ ਇਹੋ ਜਿਹੀਆਂ ਚੀਜ਼ਾਂ ਕਿਉਂ ਨੇ? ਜੈਸੇ ਆਦਿ ਕਿਉਂਕਿ ਅਸੀਂ ਆਤਮਾ ਦੀ ਅਗਵਾਈ ਨਾਲ ਚੱਲ
ਨਹੀਂ ਰਹੇ। ਜਦੋਂ ਆਤਮਾ ਦੀ ਅਗਵਾਈ ਨਾਲ ਚੱਲਾਂਗੇ ਤੇ ਫਿਰ ਕੀ ਹੈ, ਪਰਮੇਸ਼ਵਰ ਦਾ ਕੰਮ ਹੋਏਗਾ, ਬੇਦਾਰੀ ਹੋਏਗੀ, ਰੂਹਾਂ ਬਚਾਈਆਂ ਜਾਣਗੀਆਂ। ਤੇ ਪਹਿਲੇ ਪ੍ਰਚਾਰ ਦੇ ਪਤਰਸ ਦੇ ਦੁਆਰਾ 3,000 ਲੋਕੀ ਬਚਾਏ ਗਏ। ਤੇ ਲਿਖਿਆ ਜਦੋਂ ਯਹੂਨਾ ਤੇ ਪਤਰਸ ਦੁਆ ਕਰਨ ਜਾ ਰਹੇ ਸੀ ਮੰਦਰ ਦੇ ਵਿੱਚ, ਤੇ ਰਸਤੇ ਦੇ ਵਿੱਚ ਜਿਹੜਾ ਮਨੁੱਖ ਜਿਹੜਾ ਲੂਲਾ ਬੈਠਾ ਹੋਇਆ ਸੀ, ਤੇ ਮੈਂ ਕਿਹਾ ਹੁਣ ਪਹਿਲਾਂ ਪਤਰਸ ਆਪਣੇ ਆਪ ਨੂੰ ਪਛਾਣ ਨਹੀਂ ਸਕਦਾ, ਤੇ ਹੁਣ ਆਤਮਾ ਦੇ ਨਾਲ ਭਰਿਆ ਹੋਇਆ, ਤੇ ਉਸਨੇ ਕਿਹਾ ਕਿ ਮੈਨੂੰ ਵੀ ਕਰੋ ਭੀਖ ਦਓ। ਤੇ ਲਿਖਿਆ 3-9 ਸਾਰੀ ਕਹਾਣੀ ਨੂੰ ਪੜ੍ਹੀਏ। ਲਿਖਿਆ ਪਤਰਸ ਨੇ ਕਿਹਾ ਸੋਨਾ ਤੇ ਚਾਂਦੀ ਸਾਡੇ ਕੋਲ ਹੈ ਨਹੀਂ, ਪਰ ਪ੍ਰਭ ਯੇਸ਼ੂ ਮਸੀਹ ਦੇ ਨਾਂ ਦੇ ਵਿੱਚ ਚੱਲ ਤੇ ਉੱਠ ਖੜਾ ਹੋ ਤੇ ਚੱਲ ਫਿਰ। ਹੁਣ ਪਤਰਸ ਨੂੰ ਪਤਾ ਹੈ ਕਿ ਉਹਦੇ ਵਿੱਚ ਕੋਲ ਕੀ ਹੈ ਤੇ ਉਹ ਕੌਣ ਹੈ। ਇਸੇ ਤਰ੍ਹਾਂ ਅੱਜ ਮੈਂ ਤੇ ਤੁਸੀਂ ਵੀ ਅਸੀਂ ਪਛਾਣਨਾ ਹੈ ਕਿ ਸਾਨੂੰ ਪਰਮੇਸ਼ਵਰ ਨੇ ਕੀ ਦਿੱਤਾ ਹੈ। ਤੇ ਪ੍ਰਭ ਯੇਸ਼ੂ ਮਸੀਹ ਦੇ ਨਾਂ 'ਚ ਲਿਖਿਆ ਉਹ ਕੀ ਹੋ ਗਿਆ, ਖੜਾ ਹੋ ਗਿਆ। ਜਦੋਂ ਪਤਰਸ ਪਵਿੱਤਰ ਆਤਮਾ ਦੀ ਅਗਵਾਈ ਨਾਲ ਭਰਿਆ ਹੋਇਆ ਸੀ, ਲਿਖਿਆ ਰਸੂਲਾਂ ਦੇ ਕਰਤੱਵ ਉਹਦਾ 5:15 ਦੇ ਵਿੱਚ, ਹਾਂਜੀ, ਕਿ ਬੜੇ ਬਿਮਾਰ ਜਿਹੜੇ ਸੀ ਉਹ ਠੀਕ ਹੋ ਰਹੇ ਸਨ, ਤੇ ਹਾਂਜੀ ਉਹ ਬੜੇ ਬਿਮਾਰ ਜਿਹੜੇ ਸੀ ਉਹ ਠੀਕ ਹੋ ਰਹੇ ਸਨ। ਤੇ ਉਹਨਾਂ ਨੇ ਉੱਥੇ ਜੀ ਜਦੋਂ ਪਤਰਸ ਉੱਥੋਂ ਦੀ ਲੰਘਦਾ ਸੀ ਤੇ ਉਹਨਾਂ ਲੋਕੀ ਕੀ ਕਰ ਦਿੰਦੇ ਸਨ, ਸਿਰਫ ਉਹਦੇ ਜਿੱਥੇ ਉਹਨੇ ਲੰਘਣਾ ਹੁੰਦਾ ਸੀ ਲਿਆ ਕੇ ਮਰੀਜ਼ ਕੀ ਕਰਦੇ ਸਨ, ਸੜਕ ਦੇ ਕਿਨਾਰੇ ਕੀ ਕਰ ਦਿੰਦੇ ਸਨ, ਪਾ ਦਿੰਦੇ ਸਨ। ਤੇ ਜਦੋਂ ਪਤਰਸ ਉੱਥੋਂ ਦੀ ਲੰਘਦਾ ਹੀ ਸੀ ਤੇ ਕੀ ਹੋ ਜਾਂਦੇ ਸੀ, ਮਰੀਜ਼ ਚੰਗੇ ਹੋ ਜਾਂਦੇ ਸੀ। ਹੁਣ ਯਾਦ ਰੱਖੋ, ਪਰਛਾਵੇਂ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੁੰਦੀ। ਮੇਰਾ ਪਰਛਾਵਾਂ ਇੱਧਰ ਆ ਰਿਹਾ ਦਿਨ, ਕੋਈ ਸ਼ਕਤੀ ਨਹੀਂ ਹੈ, ਕੋਈ ਚੀਜ਼ ਨਹੀਂ ਲੰਡੀ, ਕੁਛ ਨਹੀਂ ਹੋਣੇ, ਪਰਛਾਵੇਂ ਦੇ ਵਿੱਚ ਕੋਈ ਨਹੀਂ ਸ਼ਕਤੀ ਹੁੰਦੀ। ਪਰ ਜਿਹੜਾ ਉਹਦੇ ਅੰਦਰ ਆਤਮਾ ਸੀ, ਉਸ ਆਤਮਾ ਦੇ ਉਸ ਅਭਿਸ਼ੇਕ ਦੇ ਵਿੱਚ ਸ਼ਕਤੀ ਸੀ ਕਿ ਜਿੱਥੋਂ ਦੀ ਉਹ ਲੰਘ ਵੀ ਜਾਂਦਾ ਸੀ ਤੇ ਉਹ ਕੀ ਹੋ ਜਾਂਦੇ ਸਨ, ਮਰੀਜ਼ ਚੰਗੇ ਹੋ ਜਾਂਦੇ ਸਨ। ਇਸ ਕਰਕੇ ਅਸੀਂ ਅੱਜ ਆਪਣੇ ਆਪ ਨੂੰ ਪਛਾਣਨਾ ਹੈ, ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਪਛਾਣਾਂਗੇ ਕਿ ਅਸੀਂ ਕੌਣ ਹਾਂ ਜਾਂ ਸਾਡੇ ਕੋਲ ਕੀ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ, ਤੇ ਫਿਰ ਅਸੀਂ ਅਜਿਹੇ ਚਮਤਕਾਰ ਚਿੰਨ ਚਮਤਕਾਰਾਂ ਦੇ ਸਾਡੇ ਪ੍ਰਚਾਰ ਦੇ ਵਿੱਚ ਵੀ ਰੂਹਾਂ ਬਚਾਈਆਂ ਜਾਣਗੀਆਂ। ਤੇ ਜਿੱਥੇ ਅਸੀਂ ਚਲੀ ਜਾਵਾਂਗੇ, ਮੈਂ ਕਹਿੰਦਾ ਜਿਹੜੇ ਘਰ 'ਚ ਅਸੀਂ ਪੈਰ ਰੱਖ ਦਈਏ ਸ਼ੈਤਾਨ ਤੇ ਉੱਥੋਂ ਪਤਾ ਨਹੀਂ ਕੂਹਾਂ ਦੂਰ ਭੱਜ ਜਾਂਦਾ। ਇਸ ਕਰਕੇ ਤੇ ਯਿਸੂ ਮਸੀਹ ਨੂੰ ਇਸ ਕਰਕੇ ਸ਼ੈਤਾਨ ਸਾਨੂੰ ਹਰ ਵਾਰੀ ਕੀ ਕਰੇਗਾ, ਪਰਤਾਏਗਾ ਕਿ ਅਸੀਂ ਕੀ ਕਰੀਏ, ਸਾਨੂੰ ਕਿ ਅਸੀਂ ਪਰਮੇਸ਼ਰ ਦੇ ਪੁੱਤਰ ਧੀਆਂ ਹੈ ਵੀ ਹਾਂ ਕਿ ਨਹੀਂ, ਜਾਂ ਸਾਡੇ ਕੋਲ ਸ਼ਕਤੀ ਹੈ, ਅਸੀਂ ਸ਼ੱਕ ਦੇ ਵਿੱਚ ਜੀਵਨ ਬਤੀਤ ਕਰਦੇ ਰਹਾਂਗੇ ਤੇ ਫਿਰ ਸਾਡੇ ਜੀਵਨ 'ਚ ਪਰਮੇਸ਼ਰ ਦੀ ਸ਼ਕਤੀ ਕੰਮ ਨਹੀਂ ਕਰ ਸਕਦੀ, ਫਿਰ ਅਸੀਂ ਉਹ ਜੀਵਨ ਬਤੀਤ ਨਹੀਂ ਕਰ ਸਕਦੇ ਜਿਹੜਾ ਪਰਮੇਸ਼ਰ ਨੇ ਸਾਡੇ ਲਈ ਚੁਣਿਆ। ਕਿਉਂਕਿ ਜਦੋਂ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਦੀ ਪ੍ਰੀਖਿਆ ਲਈ ਤਾਂ ਉਹਨੇ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਆ, ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਵਰ ਦਾ ਪੁੱਤਰ ਸੀ, ਪਵਿੱਤਰ ਆਤਮਾ ਨੇ ਸ਼ਕਤੀ ਨਾਲ ਆਇਆ ਸੀ, ਤੇ ਉਹਨੂੰ ਵੀ ਸ਼ੈਤਾਨ ਨੇ ਇਸ ਗੱਲ ਦੇ ਵਿੱਚ ਪਰਤਾਇਆ ਕਿ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਇਸੇ ਤਰ੍ਹਾਂ ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਪਛਾਣੀਏ ਕਿ ਅਸੀਂ ਕੀ ਹਾਂ, ਅਸੀਂ ਆਤਮਿਕ ਪ੍ਰਾਣੀ ਹਾਂ, ਸਾਡੇ ਅੰਦਰ ਪਰਮੇਸ਼ਵਰ ਨੇ ਕੀ ਸਾਨੂੰ ਸ਼ਕਤੀ ਦਿੱਤੀ ਹੈ, ਕਿੰਨਾ ਅਧਿਕਾਰ ਦਿੱਤਾ। ਲਿਖਿਆ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ਜਾਓ ਜਾ ਕੇ ਕੀ ਕਰੋ, ਹਰ ਪ੍ਰਕਾਰ ਦੇ ਰੋਗੀਆਂ ਨੂੰ ਠੀਕ ਕਰੋ, ਕੋੜੀਆਂ ਨੂੰ ਸ਼ੁੱਧ ਕਰੋ, ਮੁਰਦਿਆਂ ਨੂੰ ਵੀ ਕੀ ਕਰੋ, ਜਿੰਦਾ ਕਰੋ। ਤੇ ਇਹ ਸਾਰਾ ਅਧਿਕਾਰ ਅਸੀਂ ਕਿਉਂ ਨਹੀਂ ਪਛਾਣ ਸਕਦੇ, ਕਿਉਂਕਿ ਸ਼ੈਤਾਨ ਸਾਨੂੰ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਜੇ ਤੂੰ, ਪਰ ਅਸੀਂ ਜੇ ਉਸਨੂੰ ਕਹਿਣਾ ਜੇ ਵਾਲੀ ਗੱਲ ਕੋਈ ਵੀ ਨਹੀਂ ਹੈ, ਹਾਂ ਮੈਂ ਪਰਮੇਸ਼ਵਰ ਦਾ ਪੁੱਤਰ ਹੈ, ਮੈਂ ਪਰਮੇਸ਼ਵਰ ਧੀ ਹਾਂ, ਤੇ ਮੈਂ ਕੀ ਹਾਂ ਪ੍ਰਭੂ, ਅਸੀਂ ਕੀ ਕਰਨਾ ਫਿਰ, ਫਤਿਹ ਦੇ ਵਿੱਚ ਤੇ ਜਿੱਤ ਦੇ ਵਿੱਚ ਕੀ ਕਰਨਾ, ਜੀਵਨ ਬਤੀਤ ਕਰਨਾ।
ਹੁਣ ਪਹਿਲੇ ਪਤਰਸ ਜਿਹੜਾ ਵਾ ਉਹਦੇ ਮੌਤ ਤੋਂ ਡਰਨ ਡਿਆ ਤੇ ਡਰਦੇ ਨੇ ਯਿਸੂ ਮਸੀਹ ਦਾ ਇਕਰਾਰ ਕਰ ਦਿੱਤਾ ਆਤਮਾ ਨੂੰ ਪਾਉਣ ਤੋਂ ਬਾਅਦ ਤੇ ਆਤਮਾ ਪਾਉਣ ਤੋਂ ਪਹਿਲਾਂ ਉਹਨੇ ਯਿਸੂ ਦਾ ਇਨਕਾਰ ਕੀਤਾ। ਹੁਣ ਜਿਹੜਾ ਪਤਰਸ ਆਤਮਾ ਨਾਲ ਭਰਿਆ ਹੋਇਆ ਤੇ ਲਿਖਿਆ ਜਦੋਂ ਬੁਢੇਪੇ ਦੇ ਵਿੱਚ ਸੀ ਤੇ ਪਤਰਸ ਨੂੰ ਕੀ ਕੀਤਾ, ਪਤਰਸ ਨੂੰ ਜਦੋਂ ਸਰੀਰ ਤੇ ਚਾੜਨ ਲੱਗੇ ਤੇ ਪਤਰਸ ਨੂੰ ਉਹਨਾਂ ਨੇ ਜਿੱਦਾਂ ਯਿਸੂ ਮਸੀਹ ਨੂੰ ਸਲੀਬ ਤੇ ਚਾੜਿਆ ਤੇ ਉਦਾਂ ਹੀ ਸਲੀਬ ਤੇ ਚਾੜਨ ਲੱਗੇ ਤੇ ਪਤਰਸ ਕਹਿੰਦਾ ਵੀ ਸਲੀਬ ਤੇ ਮੈਨੂੰ ਜ਼ਰੂਰ ਚਾੜੋ, ਮੈਂ ਨਹੀਂ ਕਹਿੰਦਾ ਕਿ ਮੈਨੂੰ ਸਲੀਬ ਤੇ ਨਾ ਚਾੜੋ, ਪਰ ਸਲੀਬ ਤੇ ਮੈਨੂੰ ਉਦਾਂ ਨਾ ਚਾੜੋ ਜਿਸ ਤਰ੍ਹਾਂ ਮੇਰਾ ਮਾਲਕ ਮੇਰਾ ਪ੍ਰਭੂ ਚਾੜਿਆ ਗਿਆ ਸੀ। ਮੇਰਾ ਸਿਰ ਜਿੱਥੇ ਉਹਦੇ ਪੈਰ ਸੀ ਉੱਧਰ ਨੂੰ ਹੋਣੇ ਚਾਹੀਦੇ ਨੇ, ਇਸ ਕਰਕੇ ਸਲੀਬ ਦੇ ਉੱਤੇ ਮੈਨੂੰ ਪੁੱਠਾ ਟੰਗ ਕੇ ਕੀ ਕਰੋ, ਸਲੀਬ ਤੇ ਚੜਾਓ। ਤੇ ਉਹਨਾਂ ਨੇ ਪੁੱਠਾ ਟੰਗ ਕੇ ਕੀ ਕੀਤਾ, ਉਸਨੂੰ ਸਲੀਬ ਉੱਤੇ ਚੜਾ ਦਿੱਤਾ। ਹੁਣ ਆਤਮਾ ਦੇ ਨਾਲ ਭਰਿਆ ਹੋਇਆ, ਪਹਿਲਾਂ ਕੀ ਹੋਇਆ, ਜਿਹੜੇ ਚੇਲੇ ਸਨ ਸਾਰੇ ਯਿਸੂ ਮਸੀਹ ਨੂੰ ਲਿਖਿਆ ਛੱਡ ਕੇ ਭਰ ਗਏ, ਤੇ ਸਿਰਫ ਯਹੂਨਾ ਹੀ ਅਜਿਹਾ ਚੇਲਾ ਸੀ। ਯਹੂਨਾ ਸਾਰੇ ਚੇਲਿਆਂ ਦਾ ਸਭ ਤੋਂ ਛੋਟਾ ਸੀ, ਤੇ ਜਿਹੜੇ ਇਸਰਾਇਲ ਦੇ ਵਿੱਚ ਜੇ ਉੱਧਰ ਰੋਮ ਦੀ ਸਰਕਾਰ ਕਦੇ ਵੀ ਔਰਤਾਂ ਨੂੰ ਕੁਛ ਨਹੀਂ ਸੀ ਕਹਿੰਦੀ, ਇਸੇ ਕਰਕੇ ਔਰਤਾਂ ਜਿਹੜੀਆਂ ਸੀ ਯਿਸੂ ਮਸੀਹ ਦੇ ਸਲੀਬ ਦੇ ਸਮੇਂ ਵੀ ਉੱਥੇ ਥੱਲੇ ਜਿਹੜੀਆਂ ਸੀ ਉਹ ਖੜੀਆਂ ਹੋਈਆਂ ਸਨ, ਜੋ ਉਹਦੇ ਨਾਲ ਨਾਲ ਸਨ। ਤੇ ਇੱਕ ਯਹੂਨਾ ਨੂੰ ਮੈਂ ਸਿਰਫ ਉਹਨਾਂ ਨੇ ਇੱਕ ਬੱਚਾ ਨਹੀਂ ਕਹਿ ਸਕਦੇ ਕਿ ਸਿਰਫ ਇੱਕ ਨੌਜਵਾਨ ਛੋਟਾ ਸਮਝ ਕੇ ਉਸ ਨਾਲ ਤੁਰਿਆ, ਤੇ ਇਸ ਕਰਕੇ ਉਹਨਾਂ ਨੂੰ ਉਹਨੂੰ ਉਹ ਉੱਥੇ ਪ੍ਰਭੂ ਯਿਸੂ ਮਸੀਹ ਦੇ ਨਾਲ ਸੀ, ਉਸਦਾ ਪ੍ਰਭੂ ਯਿਸੂ ਮਸੀਹ ਦੇ ਨਾਲ ਪਿਆਰ ਸੀ, ਤੇ ਨਾਲੇ ਪ੍ਰਭੂ ਯਿਸੂ ਮਸੀਹ ਦੀ ਮਾਤਾ ਨੂੰ ਇੱਕ ਮਾਂ ਵਾਂਗੂ ਉਹ ਸਮਝਦਾ ਸੀ, ਇਸ ਕਰਕੇ ਉਹਨਾਂ ਦੇ ਉਹ ਨਾਲ ਨਾਲ ਜਾ ਰਿਹਾ ਸੀ। ਉਸ ਤੋਂ ਬਗੈਰ ਜਿਹੜੇ ਬਾਕੀ ਯੂਦਾ ਇਸਕਰੀਓਤੀ ਦੇ ਪਹਿਲਾਂ ਹੀ ਉਸਨੇ ਫੜਵਾ ਕੇ ਆਤਮ ਹੱਤਿਆ ਕਰਕੇ ਮਰ ਗਿਆ, ਤੇ 10 ਰਹਿ ਗਏ ਸਨ, ਉਹ 10 ਦੇ 10 ਕੀ ਹੋ ਗਿਆ ਸੀ, ਭੱਜ ਗਏ ਸੀ। ਔਰ ਪਰ ਬਾਅਦ ਕੀ ਹੋਇਆ, ਸਿਰਫ ਯਹੂਨਾ ਹੀ ਅਜਿਹਾ ਚੇਲਾ ਹੋਇਆ ਪ੍ਰਭੂ ਦਾ ਜਿਹੜਾ ਪੂਰੀ ਉਮਰ ਭੋਗ ਕੇ ਮਰਿਆ, ਤੇ ਬਾਕੀ ਸਾਰਿਆਂ ਦੇ ਸਾਰੇ ਪ੍ਰਭੂ ਯਿਸੂ ਮਸੀਹ ਦੇ ਲਈ ਕੀ ਹੈ, ਸ਼ਹੀਦੀ ਪਾਏ। ਆਤਮਾ ਜਦੋਂ ਨਹੀਂ ਸੀ ਪਾਇਆ ਸਾਰੇ ਭੱਜ ਗਏ, ਤੇ ਜਦੋਂ ਆਤਮਾ ਨਾਲ ਭਰੇ ਹੋਏ ਨੇ, ਪ੍ਰਚਾਰ ਦਲੇਰੀ ਨਾਲ ਕੀਤਾ ਹੈ, ਪਰਮੇਸ਼ਵਰ ਦੀ ਅੰਜੀਲ ਨੂੰ ਪਹੁੰਚਾਇਆ, ਇੱਥੋਂ ਤੱਕ ਪਹੁੰਚਾਇਆ ਕਿ ਉਹਨਾਂ 10 ਫਿਰ ਮਥਿਆਸ ਨੂੰ 11 ਚੁਣਿਆ ਗਿਆ, ਤੇ ਫਿਰ ਪਲੂਸ ਰਸੂਲ ਨੂੰ ਵੀ ਪਰਮੇਸ਼ਵਰ ਨੇ ਰਸੂਲ ਕਰਕੇ ਚੁਣਿਆ। ਔਰ ਸਾਰੇ ਪਹਿਲਾਂ ਉਹ ਡਰਦੇ ਸਨ ਮੌਤ ਤੋਂ, ਤੇ ਹੁਣ ਸਾਰਿਆਂ ਨੇ ਪ੍ਰਭੂ ਯਿਸੂ ਮਸੀਹ ਦੇ ਲਈ ਕੀ ਕੀਤੀ, ਫਿਰ ਸ਼ਹੀਦੀਆਂ ਕੀ ਨੇ ਪਾਈਆਂ। ਔਰ ਕੋਈ ਵੀ ਪੂਰੀ ਮੌਤ ਨਹੀਂ ਭੋਗ ਕੇ ਮਰਿਆ, ਪਰ ਕਈਆਂ ਦੇ ਸਿਰ ਕੱਟ ਦਿੱਤੇ ਗਏ, ਸਲੀਬ ਤੇ ਚਾੜ ਦਿੱਤਾ ਗਿਆ, ਔਰ ਸਾਰਿਆਂ ਨੇ ਕੀ ਕੀਤੀ, ਸ਼ਹੀਦੀਆਂ ਨੂੰ ਪਾਇਆ। ਸਿਰਫ ਯਹੂਨਾ ਹੀ ਜਿਹਾ ਚੇਲਾ ਸੀ, ਇਹਦਾ ਮਤਲਬ ਯਹੂਨਾ ਨੂੰ ਵੀ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਲਿਖਿਆ ਉਹਨੂੰ ਪਾਣੀ ਦੇ ਵਿੱਚ ਤੱਤੇ ਤੇਲ ਦੇ ਵਿੱਚ ਉਬਾਲਿਆ, ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਲੱਗੀ ਨਹੀਂ। ਇਸੇ ਕਰਕੇ ਜਿਹੜਾ ਡੋਮੇਸ਼ੀਅਨ ਨਾਂ ਦਾ ਰਾਜਾ ਸੀ, ਉਸਨੂੰ ਗੁੱਸਾ ਆਇਆ ਕਿ ਇਹ ਇੱਕ ਜਾਦੂਗਰ ਹੈ, ਤੇ ਇਹਨੂੰ ਕੀ ਕਰੋ, ਪਟਮਸ ਦੇ ਟਾਪੂ ਵਿੱਚ ਕੀ ਆ ਸੁੱਟ ਦਿਓ, ਜਿੱਦਾਂ ਸਾਡੇ ਕਾਲੇ ਪਾਣੀ ਦੇ ਵਿੱਚ ਸੁੱਟ ਦਿੰਦੇ ਸੀ ਪੁਰਾਣੇ ਸਮੇਂ, ਡਾਕੂ ਇਹੋ ਜਿਹੇ ਬੰਦੇ ਜਿਹੜੇ ਖੂਨਖਾਰ ਬੰਦੇ ਸੀ ਏਦਾਂ। ਔਰ ਪਟਮਸ ਦੇ ਟਾਪੂ ਦੇ ਵਿੱਚ ਉੱਥੇ ਲਿਖਿਆ ਕਿ ਉੱਥੇ ਤੇ ਪ੍ਰਭੂ ਯਿਸੂ ਮਸੀਹ ਉਹਦੇ ਉੱਤੇ ਪ੍ਰਗਟ ਹੋਇਆ, ਤੇ ਫਿਰ ਪਟਮਸ ਦੇ ਟਾਪੂ ਵਿੱਚ ਪਰਮੇਸ਼ਵਰ ਨੇ ਯਹੂਨਾ ਨੂੰ ਆਪਣਾ ਪ੍ਰਕਾਸ਼ ਦਿੱਤਾ। ਪ੍ਰਕਾਸ਼ ਦੀ ਪੋਤੀ ਕੋਈ ਸ਼ੈਤਾਨ ਦਾ ਪ੍ਰਕਾਸ਼ ਨਹੀਂ ਹੈ, ਸ਼ੈਤਾਨ ਕੀ ਕਰਦਾ, ਉਹ ਜਿਹੜਾ ਸਾਰਾ ਪ੍ਰਭੂ ਯਿਸੂ ਮਸੀਹ ਦਾ ਪ੍ਰਕਾਸ਼ ਹੈ, ਇਹ ਦੇਖਣਾ ਕਿ ਪ੍ਰਭੂ ਯਿਸੂ ਮਸੀਹ ਕੀ ਆ, ਹੁਣ ਇਸ ਵੇਲੇ ਪ੍ਰਭੂ ਯਿਸੂ ਮਸੀਹ ਕੀ ਕਰਨ ਡਿਆ, ਤੇ ਕੀ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਦਿਨਾਂ ਦੇ ਵਿੱਚ ਕਰੇਗਾ। ਸੋ ਇਸ ਗੱਲ ਨੂੰ ਸਮਝ ਲਈਏ ਕਿ ਪਵਿੱਤਰ ਆਤਮਾ ਨਾਲ ਜਦੋਂ ਭਰੇ ਹੋਵਾਂਗੇ, ਪਲੂਸ ਰਸੂਲ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਸੀ, ਇਤਿਹਾਸ ਦੇ ਵਿੱਚ ਰਿਕਾਰਡ ਹੈ ਕਿ ਪਲੂਸ ਰਸੂਲ ਦਾ ਵੀ ਸਿਰ ਕੱਟਿਆ ਗਿਆ। ਔਰ ਪਲੂਸ ਰਸੂਲ ਨੇ ਦੇਖੋ, ਹਾਂਜੀ ਉਹ ਸਾਰੀਆਂ ਗੱਲਾਂ ਅਸੀਂ ਅੱਗੇ ਪੜ੍ਹਦੇ, ਪਲੂਸ ਰਸੂਲ
ਅਜਿਹਾ ਨਿਜ਼ਾਮ ਸੀ ਉਸਨੇ ਕੀ ਹੈ ਜਿਹੜਾ ਸਰੀਰ ਦੇ ਹਿਸਾਬ ਨਾਲ ਸੰਸਾਰ ਦੇ ਹਿਸਾਬ ਨਾਲ ਚੱਲਦਾ ਸੀ ਤੇ ਉਹਨੇ ਕਲੀਸੀਆ ਨੂੰ ਕੀ ਕੀਤਾ, ਬੜਾ ਸਤਾਇਆ। ਯਾਦ ਰੱਖੋ ਪਹਿਲਾਂ ਬੜਾ ਧਰਮੀ ਸੀ, ਬੜੇ ਚੰਦੇ ਵੀ ਦਿੰਦਾ ਹੋਊਗਾ, ਸਾਰੇ ਕੰਮ ਕਰਦਾ ਹੋਏਗਾ, ਕਿਉਂਕਿ ਇੱਕ ਫਰੀਸੀ ਸੀ, ਫਰੀਸੀਆਂ ਤੋਂ ਵੱਧ ਕੇ ਉਹ ਤੇ ਇੱਕ ਸਨਾਗੋ ਦੇ ਵਿੱਚ ਇੱਕ ਬੜਾ ਅਹੁਦੇਦਾਰ ਸੀ, ਔਰ ਉਹ ਇੱਕ ਵਿਦਵਾਨ ਦਾ ਨਾਮ ਉਹਨੂੰ ਭੁੱਲ ਗਿਆ, ਵਿਦਵਾਨ ਦੇ ਦੁਆਰਾ ਕੀ ਆ ਉਸਨੂੰ ਟ੍ਰੇਨ ਕੀਤਾ ਗਿਆ ਸੀ। ਮੈਂ ਅਸੀਂ ਵਚਨ ਦੇ ਵਿੱਚੋਂ ਇਸ ਨੂੰ ਪੜ੍ਹ ਸਕਦੇ ਹਾਂ। ਤੇ ਪਲੂਸ ਰਸੂਲ ਇੱਕ ਆਪਣੇ ਆਪ ਦੇ ਵਿੱਚ, ਹਾਂਜੀ, ਜਿਸ ਨੂੰ ਪੜ੍ਹਨਾ ਹੋਵੇ, ਪਲੂਸ ਰਸੂਲ ਪਹਿਲਾਂ ਵੀ ਇਸ ਤਰ੍ਹਾਂ ਕਰਕੇ ਕੀ ਸੀ, ਜੀਵਨ ਬਤੀਤ ਕਰਦਾ ਪਿਆ ਸੀ, ਔਰ ਕੀ ਕਲੀਸੀਆ ਨੂੰ ਕੀ ਸੀ ਉਹ ਸਤਾ ਰਿਹਾ ਸੀ। ਪਰ ਪ੍ਰਭ ਯਸ਼ੂ ਮਸੀਹ ਨੇ ਜਦੋਂ ਉਸਨੂੰ ਪ੍ਰਗਟ ਹੋਇਆ ਤੇ ਲਿਖਿਆ, ਜਦੋਂ ਬਚਾਇਆ ਗਿਆ ਤੇ ਪਵਿੱਤਰ ਆਤਮਾ ਦੀ ਅਗਵਾਈ ਨਾਲ ਇੰਨਾ ਚੱਲਦਾ ਸੀ, 16 ਅਧਿਆਇ ਦੇ ਵਿੱਚ ਲਿਖਿਆ ਰਸੂਲਾਂ ਨੇ ਕਿਹਾ ਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਜਿੱਥੇ ਕਹਿੰਦਾ ਸੀ ਕਿ ਨਾ ਜਾਓ, ਉਹ ਲਿਖਿਆ ਉਹ ਨਹੀਂ ਗਏ, ਪਵਿੱਤਰ ਆਤਮਾ ਨੇ ਫਿਰ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਇੱਧਰ ਨੂੰ ਜਾਓ ਤੇ ਉੱਧਰ ਨੂੰ ਜਾ। ਇਸ ਤਰ੍ਹਾਂ ਕਰਕੇ ਪਲੂਸ ਰਸੂਲ ਕੀ ਕਰਦਾ ਸੀ, ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਚੱਲਦਾ ਸੀ। ਤੇ ਵਚਨ ਦੇ ਵਿੱਚ ਲਿਖਿਆ ਕਿ ਪਲੂਸ ਰਸੂਲ ਵੀ ਕੀ ਹੋਇਆ, ਉਹ ਕੀ ਹੈ ਪ੍ਰਭੂ ਯੇਸ਼ੂ, ਕਿਉਂਕਿ ਫਿਰ ਸਾਨੂੰ ਜਦੋਂ ਅਸੀਂ ਪਰਮੇਸ਼ੁਰ ਦੀ ਸ਼ਕਤੀ ਪਰਮੇਸ਼ੁਰ ਦੀ ਆਤਮਾ ਦੀ ਅਗਵਾਈ ਵਿੱਚ ਚੱਲਦੇ, ਸਿਰਫ ਸਾਨੂੰ ਪਰਮੇਸ਼ੁਰ ਦਾ ਹੀ ਮੈਂ ਕਹਿੰਦਾ ਭੈ ਹੁੰਦਾ, ਇਹਨੇ ਡਰਨੇ ਭੈ, ਮਤਲਬ ਕਿ ਅਸੀਂ ਕੋਈ ਅਜਿਹਾ ਕੰਮ ਨਹੀਂ ਕਰਦੇ ਪਰਮੇਸ਼ੁਰ ਦੀ ਬਦਨਾਮੀ ਹੋਵੇ, ਤੇ ਸੰਸਾਰ ਤੋਂ, ਮੌਤ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਕੋਈ ਵੀ ਡਰ ਹੁੰਦਾ ਨਹੀਂ। ਤੇ ਲਿਖਿਆ ਉਹ ਵੀ ਕੀ ਹੈ, ਉਸਨੇ ਵੀ ਕੀ ਹੈ ਸ਼ਹੀਦੀ ਪਾਈ, ਤੇ ਇਸੇ ਕਰਕੇ ਪਲੂਸ ਰਸੂਲ ਵਚਨ ਰਸੂਲਾਂ ਦੇ ਕਰਤਾਵ ਉਹਦੀ 13 ਅਧਿਆਇ ਦੀ 9 ਆਇਤ ਦੇ ਵਿੱਚ ਲਿਖਿਆ ਕਿ ਪਲੂਸ ਰਸੂਲ ਉਹਨੇ ਸਾਰੇ ਜਿਹੜੇ ਸੀ ਉਹ ਪਵਿੱਤਰ ਆਤਮਾ ਨਾਲ ਭਰੇ ਹੋਏ ਸੀ। ਤੇ ਪਹਿਲਾਂ, ਹਾਂਜੀ, ਔਰ ਪਵਿੱਤਰ ਆਤਮਾ ਨਾਲ ਭਰ ਕੇ ਉਸਨੇ ਕੀ ਕੀਤਾ, ਬਿਮਾਰਾਂ, ਪਲੂਸ ਰਸੂਲ ਦੀ ਸੇਵਕਾਈ ਨੂੰ ਅਸੀਂ ਜਾਣਦੇ ਹਾਂ, 14 ਕਿਤਾਬਾਂ ਉਸਨੇ ਲਿਖੀਆਂ, 13 ਤੇ ਪੂਰੀਆਂ ਕਨਫਰਮ ਨੇ ਕਿ ਉਸਨੇ ਲਿਖੀਆਂ। ਮੈਂ ਵਿਸ਼ਵਾਸ ਕਰਦਾ ਕਿ ਇਬਰਾਨੀਆਂ ਦੀ ਪੱਤਰੀ ਵੀ ਜਿਹੜੀ ਆ ਉਹ ਪਲੂਸ ਰਸੂਲ ਨੇ ਲਿਖੀ ਆ, 14 ਕਿਤਾਬਾਂ ਪਲੂਸ ਰਸੂਲ ਨੇ ਬਾਈਬਲ ਦੇ ਵਿੱਚੋਂ ਲਿਖੀਆਂ, ਨਵੇਂ ਨੇਮ 'ਚ 27 ਕਿਤਾਬਾਂ ਨੇ, ਤੇ 27 ਦੇ ਵਿੱਚੋਂ 14 ਜਿਹੜੀਆਂ ਨੇ, 27 ਦੇ ਵਿੱਚ ਮੈਂ ਕਹਿੰਦਾ ਅੱਧਿਓਂ ਵੱਧ ਜਿਹੜੀਆਂ ਕਿਤਾਬਾਂ ਨੇ ਜਾਂ ਅੱਧੀਆਂ ਕਿਤਾਬਾਂ ਜਿਹੜੀਆਂ ਨੇ ਉਹ ਪਲੂਸ ਰਸੂਲ ਦੇ ਦੁਆਰਾ ਲਿਖੀਆਂ ਗਈਆਂ, ਔਰ ਉਸਨੇ ਜਿਹੜੀ ਅੰਜੀਲ ਨੂੰ ਸਾਰੀਆਂ ਪਰਾਈਆਂ ਕੌਮਾਂ ਦੇ ਵਿੱਚ ਪਹੁੰਚਾਇਆ, ਔਰ ਇੱਥੋਂ ਤੱਕ ਬਹੁਤ ਸਾਰੇ ਭੂਤਾਂ ਨੂੰ ਕੱਢਿਆ, ਬਿਮਾਰਾਂ ਠੀਕ ਕੀਤਾ, ਮੁਰਦੇ ਵੀ ਜਿੰਦੇ ਕੀਤੇ, ਪਲੂਸ ਰਸੂਲ ਨੇ ਮੁਰਦੇ ਵੀ ਜਿੰਦਾ ਕੀਤਾ। ਔਰ ਪਲੂਸ ਰਸੂਲ ਦੀ ਇਹ ਖਾਸ ਇੱਥੋਂ ਤੱਕ ਸੀ ਕਿ ਪਲੂਸ ਰਸੂਲ ਦੇ ਉੱਤੇ ਇੰਨਾ ਪ੍ਰਭੂ ਦਾ ਅਭਿਸ਼ੇਕ ਸੀ ਕਿ ਲਿਖਿਆ ਉਹ ਰੁਮਾਲ ਲਿਆ ਕੇ ਤੇ ਉਹਦੇ ਕੱਪੜਿਆਂ ਨਾਲ ਟੱਚ ਕਰਕੇ, ਰੁਮਾਲ ਉਹਨੂੰ ਉਹਦੇ ਕੱਪੜਿਆਂ ਨਾਲ ਲਾ ਕੇ ਤੇ ਲੈ ਜਾਂਦੇ ਸੀ, ਤੇ ਬਿਮਾਰ ਉੱਤੇ ਸਿਰਫ ਉਹ ਰੁਮਾਲ ਹੀ ਪਾ ਦਿੰਦੇ ਸੀ ਤੇ ਬਿਮਾਰ ਕੀ ਹੋ ਜਾਂਦਾ ਸੀ, ਚੰਗਾ ਹੋ ਜਾਂਦਾ ਸੀ। ਕਿਸ ਤਰ੍ਹਾਂ ਹੋ ਜਾਂਦਾ ਸੀ ਇਹ, ਕੋਈ ਉਹਦੀ ਬੜੀ ਭਗਤੀ ਜੋ ਨਾ, ਉਹਦੇ ਵਿੱਚ ਪਵਿੱਤਰ ਆਤਮਾ ਦੀ ਸ਼ਕਤੀ ਸੀ ਤੇ ਉਹ ਪਵਿੱਤਰ ਆਤਮਾ ਦੀ ਅਗਵਾਈ ਨਾਲ ਚੱਲਦਾ ਸੀ, ਤੇ ਉਹ ਕੀ ਸੀ, ਇੰਨਾ ਪਵਿੱਤਰ ਆਤਮਾ ਦੀ ਅਗਵਾਈ ਨਾਲ ਭਰੇ ਹੋਏ ਸਨ ਕਿ ਉਹਨਾਂ ਦੇ ਕੱਪੜਿਆਂ ਦੇ ਨਾਲ ਵੀ ਕੋਈ ਕੱਪੜਾ ਲਾ ਕੇ ਲੈ ਜਾਂਦਾ ਸੀ ਤੇ ਉਹ ਬਿਮਾਰ ਕੀ ਹੋ ਜਾਂਦਾ ਸੀ, ਚੰਗਾ ਹੋ ਜਾਂਦਾ ਸੀ। ਅੱਜ ਅਸੀਂ ਜਦੋਂ ਜੀਵਨ ਬਤੀਤ ਕਰਨਾ ਹੈ ਤੇ ਉਹ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ, ਅਭਿਸ਼ੇਕ ਦੇ ਨਾਲ ਜੀਵਨ ਬਤੀਤ ਕਰਨਾ ਹੈ। ਪਲੂਸ ਰਸੂਲ ਦੇ ਬਾਰੇ ਸਿਰਫ ਆਤਮਾ ਬਾਰੇ ਲਿਖਿਆ, ਪਲੂਸ ਰਸੂਲ ਕਹਿੰਦਾ ਮੈਂ ਹੁਣ ਆਪਣਾ ਜੀਵਨ ਆ, ਜੇ ਮੈਂ ਸੰਸਾਰ ਲਈ ਮਰ ਗਿਆ ਤੇ ਸੰਸਾਰ ਮੇਰੇ ਲਈ ਮਰ ਗਿਆ, ਹੁਣ ਮੈਂ ਜਿਹੜਾ ਜੀਵਨ ਬਤੀਤ ਕਰਨਾ ਉਹ ਆਪਣਾ ਪਰਮੇਸ਼ੁਰ ਦੇ ਪੁੱਤਰ ਵਿੱਚ ਆਪਣਾ ਵਿਸ਼ਵਾਸ ਪਾ ਰੱਖ
ਵਿਸ਼ਵਾਸ ਦੇ ਨਾਲ ਮੈਂ ਜੀਵਨ ਬਤੀਤ ਕਰਨਾ ਹੈ। ਮੈਂ ਤੁਹਾਨੂੰ ਦੱਸਣਾ ਸੀ ਕਿਹੜੇ ਸਬਜੈਕਟ ਸਿੱਖ ਰਹੇ, ਆਤਮਾ ਦੇ ਪਵਿੱਤਰ ਵਿਸ਼ਵਾਸ ਦੇ ਨਾਲ ਅਸੀਂ ਜੀਵਨ ਨੂੰ ਬਤੀਤ ਕਰਨਾ, ਪਰ ਪਹਿਲੇ ਅਸੀਂ ਆਤਮਾ ਉੱਤੇ ਦੇਖ ਰਹੇ ਸਨ। ਹਾਂ, ਹੁਣ ਪਲੂਸਰ ਸੂਰ ਜਦੋਂ ਆਤਮਾ ਦੀ ਅਗਵਾਈ ਨਾਲ ਚੱਲ ਰਿਹਾ ਹੈ ਤੇ ਜਦੋਂ ਵਿਸ਼ਵਾਸ ਦੇ ਨਾਲ ਚੱਲ ਰਿਹਾ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਜੀਵਨ 'ਚ ਕੋਈ ਤਕਲੀਫ਼ ਨਹੀਂ ਆਈ, ਉਹਨੂੰ ਕੋਈ ਉਹਦੇ 'ਤੇ ਕੋਈ ਸਤਾ ਨਹੀਂ ਹੋਇਆ। ਮੈਂ ਸਮਝਣਾ ਜਦੋਂ ਅਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹਾਂ ਤਾਂ ਸਾਨੂੰ ਜ਼ਿਆਦਾ ਸਗੋਂ ਸਤਾ ਹੋਏਗਾ, ਸਰੀਰਕ ਲੋਕ ਸਾਨੂੰ ਪਰੇਸ਼ਾਨ ਕਰਨਗੇ, ਸੰਸਾਰਿਕ ਲੋਕ ਜਿਹੜੇ ਪਰਮੇਸ਼ਰ ਦੀਆਂ ਗੱਲਾਂ ਜਿਹਨਾਂ ਲਈ ਇੱਕ ਮੂਰਖਤਾ ਹੀ, ਉਹ ਵੀ ਸਾਨੂੰ ਪਰੇਸ਼ਾਨ ਕਰਨਗੇ। ਹੁਣ ਪਹਿਲਾ ਕੋਰਿੰਥੀਆਂ 11 ਦੇ ਆਦਿ 22 ਦੇ ਆਦਿ ਵਿੱਚ ਲਿਖਿਆ, ਪੰਜ ਵਾਰੀ ਪ੍ਰਭੂ ਯਸ਼ੂ ਪੰਜ ਵਾਰੀ ਪਲੂਸ ਰਸੂਲ ਨੂੰ ਕੋੜੇ ਮਾਰੇ ਗਏ, ਇੱਕ 39 ਕੋੜੇ, ਇੱਕ ਘੱਟ 40, ਪੰਜ ਵਾਰੀ ਕੋੜੇ ਮਾਰੇ ਗਏ, 3 ਵਾਰੀ ਉਹਨੂੰ ਸੋਟੀਆਂ ਦੇ ਨਾਲ ਮਾਰਿਆ ਗਿਆ, 1 ਵਾਰੀ ਉਹਨੂੰ ਪੱਥਰ ਮਾਰੇ ਗਏ। ਪੱਥਰ ਮੈਂ ਕਿਹਾ ਇੰਨੇ ਟ੍ਰੇਨਡ ਸੀ ਇਬਰਾਨੀ ਲੋਕ ਯਹੂਦੀ ਲੋਕ ਕਿ ਉਹਨਾਂ ਨੂੰ ਸਪੈਸ਼ਲ ਟ੍ਰੇਨ ਸੀ ਪੱਥਰ ਨਾਲ ਬੰਦਾ ਮਾਰਨਾ, ਤੇ ਉਹ 1 ਵਾਰੀ ਉਹਨੂੰ ਪੱਥਰ ਹੀ ਮਾਰੇ ਗਏ। ਉਹ ਅਸੀਂ ਪੜ੍ਹਿਆ ਵਚਨ ਚੋਂ ਵੀ ਜਦੋਂ 16 ਦੇ ਅਧਿਆਇ ਵਿੱਚ ਜਦੋਂ ਪਲੂਸ ਉਹ ਜੇਲ੍ਹ ਦੇ ਵਿੱਚ ਪਏ ਸਨ ਤੇ ਉਦੋਂ ਅੱਗੇ ਪਿਛਲੇ ਵਿੱਚ ਅਸੀਂ ਦੇਖਦੇ ਹਾਂ ਤੇ ਲਿਖਿਆ ਉਹਨਾਂ ਨੇ ਉਹਨੂੰ ਇੰਨਾ ਮਾਰਿਆ ਉਹ ਸੋਚਿਆ ਕਿ ਇਹ ਮਰ ਗਏ ਨੇ, ਤੇ ਭਾਰ ਲਿਖਿਆ ਉਹ ਫੇਰ ਕੀ ਆਤਮਾ ਨੇ ਸ਼ਕਤੀ ਦਿੱਤੀ, ਉੱਥੋਂ ਲਿਖਿਆ ਉੱਠੇ ਤੇ ਫੇਰ ਕੀ ਨਗਰ 'ਚ ਜਾ ਕੇ ਉਹਨਾਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਸੋ 1 ਵਾਰੀ ਉਹਨਾਂ ਨੂੰ ਪੱਥਰ ਮਾਰੇ ਗਏ, 3 ਵਾਰੀ ਉਹਦਾ ਜਹਾਜ਼ ਟੁੱਟ ਗਿਆ ਜਿੱਥੇ ਸਫ਼ਰ ਕਰਦਾ ਪਿਆ ਸੀ। ਇਸ ਤਰ੍ਹਾਂ ਕਰਕੇ ਤੇ ਉਹਨੇ ਬਹੁਤ ਹੀ ਮੈਂ ਕਹਿੰਦਾ ਰਸੂਲਾਂ ਦੇ ਵਿੱਚੋਂ ਸਭ ਤੋਂ ਵੱਧ ਕੰਮ ਵੀ ਉਹਨੇ ਕੀਤਾ ਤੇ ਸਭ ਤੋਂ ਵੱਧ ਦੁੱਖ ਵੀ ਜਿਹੜੇ ਸੀ ਉਹ ਪਲੂਸ ਰਸੂਲ ਨੇ ਉਠਾਏ, ਕਿਹਦੇ ਕਰਕੇ? ਪ੍ਰਭੂ ਯਿਸੂ ਮਸੀਹ ਦੇ ਕਰਕੇ। ਫਿਲਪੀਆਂ ਦੇ ਪੱਤਰ 3 ਅਧਿਆਇ ਦੇ ਵਿੱਚ ਉਹ ਕਹਿੰਦਾ ਮੈਂ ਪ੍ਰਭੂ ਯਿਸੂ ਮਸੀਹ ਦੇ ਕਰਕੇ ਕਹਿੰਦਾ ਮੈਂ ਜਿਹੜੀਆਂ ਚੀਜ਼ਾਂ ਨੇ ਸੰਸਾਰ ਦੀਆਂ ਇਹਨਾਂ ਨੂੰ ਕੂੜਾ ਕਰਕਟ ਸਮਝਦਾ, ਕਿਉਂਕਿ ਉਹਨੇ ਜਾਣ ਲਿਆ ਸੀ ਕਿ ਸਿਰਫ ਪ੍ਰਭੂ ਯਿਸੂ ਮਸੀਹ ਹੈ ਜਿਹਨੇ ਮੈਨੂੰ ਬਚਾਇਆ, ਤੇ ਹੁਣ ਮੈਂ ਜੀਵਨ ਯਿਸੂ ਮਸੀਹ ਦੇ ਲਈ ਕੀ ਕਰਨਾ? ਬਤੀਤ ਕਰਨਾ। ਤੇ ਅੰਤ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਉਹਦਾ ਸਿਰ ਕੀ ਆ ਕਟਵਾਇਆ ਗਿਆ। ਹੁਣ ਪਲੂਸ ਰਸੂਲ ਜਦੋਂ ਵਿਸ਼ਵਾਸੀਆਂ ਨੂੰ ਖੱਤ ਲਿਖਦਾ ਹੈ, ਅਫਸੀਆਂ ਦੀ ਪੱਤਰੀ ਉਹਦਾ 5 ਅਧਿਆਇ ਦੇ ਵਿੱਚ, ਤੇ ਉਹ ਕੀ ਕਹਿੰਦਾ ਹੈ? ਹਾਂਜੀ, ਧਿਆਨ ਦੇ ਨਾਲ ਅਸੀਂ ਇਸ ਗੱਲ ਨੂੰ ਸਮਝਣਾ। 5 ਅਧਿਆਇ ਉਸ ਵਿੱਚ ਲਿਖਦਾ ਹੈ, ਕਹਿੰਦਾ ਹੁਣ ਜਦੋਂ ਅਸੀਂ ਚੱਲਣਾ ਹੈ ਤੇ ਅਸੀਂ ਮੂਰਖਤਾ ਨਾਲ ਨਹੀਂ ਚੱਲੀਏ ਪਰ ਸਮਝਦਾਰੀ ਦੇ ਨਾਲ ਚੱਲੀਏ, ਸਮੇਂ ਦੀ ਪਛਾਣੀਏ ਕਿਉਂਕਿ ਦਿਨ ਬੁਰੇ ਹਨ। ਹੈ ਇਸ ਕਰਕੇ ਮੂਰਖਤਾ ਹੀ ਤੇ ਲਿਖਿਆ ਕਿ ਤੁਸੀਂ ਮੂਰਖ ਜਾਂ ਬੇਵਕੂਫ ਨਾ ਬਣੋ, ਇਹ ਗੱਲ ਦੀ ਪਛਾਣ ਕਰੋ ਜਾਂ ਇਹ ਗੱਲ ਨੂੰ ਸਮਝੋ ਕਿ ਪ੍ਰਭੂ ਦੀ ਕੀ ਇੱਛਾ ਹੈ। ਸ਼ਰਾਬ ਦੇ ਨਾਲ ਮਤਵਾਲੇ ਜਾਂ ਸ਼ਰਾਬ ਦੇ ਨਾਲ ਨਸ਼ੇ ਵਿੱਚ ਨਾ ਰਹੋ, ਪਰ ਕਿਉਂਕਿ ਇਹ ਪੀਣ ਦੇ ਨਾਲ ਕੀ ਹੁੰਦਾ ਹੈ? ਬਦਮਸਤੀ ਪੈਦਾ ਹੁੰਦੀ ਹੈ, ਪਰ ਪਵਿੱਤਰ ਆਤਮਾ ਦੇ ਨਾਲ ਭਰੇ ਰਹੋ। ਹਾਲੇਲੂਇਆ। ਪਲੂਸ ਰਸੂਲ ਨੂੰ ਪਤਾ ਸੀ ਕਿ ਕੀ ਮਤਲਬ ਆ ਪਵਿੱਤਰ ਆਤਮਾ ਨਾਲ ਭਰੇ ਹੋਣਾ, ਇਸ ਕਰਕੇ ਵਿਸ਼ਵਾਸੀਆਂ ਨੂੰ ਕਹਿ ਰਿਹਾ, ਕਹਿੰਦਾ ਤੁਸੀਂ ਕੀ ਕਰੋ? ਸਮਝਦਾਰੀ ਨਾਲ ਚੱਲੋ। ਤੁਸੀਂ ਕਹਿੰਦਾ ਅਸੀਂ ਜਿਹੜੇ ਵਿਸ਼ਵਾਸੀਆਂ ਨੂੰ ਕਹਿ ਰਿਹਾ, ਕਹਿੰਦਾ ਸਮਝਦਾਰੀ ਨਾਲ ਚੱਲੋ, ਬੇਵਕੂਫੀ ਨਾਲ ਬੇਅਕਲੀ ਨਾਲ ਜੀਵਨ ਨਾ ਬਤੀਤ ਕਰੋ। ਔਰ ਤੁਸੀਂ ਕੀ ਕਰੋ? ਇਹ ਜਾਣੋ ਕਿ ਪਰਮੇਸ਼ੁਰ ਦੀ ਇੱਛਾ ਕੀ ਆ। ਸ਼ਰਾਬ ਨਾਲ ਕਹਿੰਦਾ ਉਹਨੇ, ਮੈਂ ਇਹਦੇ ਇਤਿਹਾਸ ਨੂੰ ਅਫਸੀਆਂ ਨੂੰ ਪੜ੍ਹਿਆ, ਅਫਸੀਆਂ ਦੀ ਪੱਤਰੀ ਜਿਹਨਾਂ ਨੂੰ ਇਹ ਲਿਖ ਰਿਹਾ ਸੀ, ਉਹ 'ਤੇ ਇੱਕ ਸਪੈਸ਼ਲ ਦੇ ਕੋਈ ਦੇਵਤਾ ਸੀ ਜਿਹਦੇ ਦੇ ਕੀ ਕਰਦੇ ਸਨ, ਉਹ ਲੋਕੀ ਕੀ ਕਰਦੇ ਸੀ? ਸ਼ਰਾਬ ਪੀ ਕੇ ਇੱਕ ਤਿਉਹਾਰ ਮਨਾਉਂਦੇ ਸੀ, ਤੇ ਸ਼ਰਾਬ ਪੀ ਕੇ ਗਲੀਆਂ ਦੇ ਵਿੱਚ ਦੌੜਦੇ ਸਨ।
ਗਲੀਆਂ ਦੇ ਵਿੱਚ ਕੀ ਕਰਦੇ ਸਨ, ਦੌੜਦੇ ਸਨ ਤੇ ਇੱਦਾਂ ਦੇ ਕੰਮ ਕਰਦੇ ਸਨ। ਮੈਂ ਕਹਿੰਦਾ ਸਾਡੇ ਪੰਜਾਬ ਦੇ ਵਿੱਚ ਵੀ ਹੈ, ਰੋਡੇ ਸ਼ਾਹ ਕਰਕੇ ਇੱਕ ਜਗ੍ਹਾ ਹੈ ਤੇ ਜਿੱਥੇ ਕੀ ਆ ਸ਼ਰਾਬ ਦਾ ਉਹਨੂੰ ਗੁਰੂ ਕਹਿਆ ਜਾਂਦਾ। ਉਦਣ ਜਿੱਦਾਂ ਉਹਦਾ ਮੇਲਾ ਹੁੰਦਾ, ਸਾਰਾ ਸਾਰੇ ਸਾਰਾ ਪਿੰਡ ਕੀ ਸਾਰਾ ਪੰਜਾਬ ਹੀ ਸਾਡਾ ਸਾਰਾ ਇਲਾਕਾ ਹੀ ਕੀ ਉਹ ਸ਼ਰਾਬੀ ਹੋਇਆ ਹੁੰਦਾ। ਪਰ ਇੱਥੇ ਜਿੱਦਾਂ ਲਿਖਿਆ ਕਹਿੰਦਾ ਉਸਦੇ ਨਾਲ ਕੀ ਹੁੰਦੀ ਹੈ, ਬਦਮਸਤੀ ਪੈਦਾ ਹੁੰਦੀ ਹੈ। ਜਦੋਂ ਬੰਦਾ ਸ਼ਰਾਬ ਪੀਂਦਾ ਹੈ ਤੇ ਕੀ ਹੁੰਦਾ ਹੈ ਵਾ, ਯਾਰ ਸ਼ਰਾਬ ਪੀ ਕੇ ਕਹਿੰਦੇ ਉਹ ਕਈ ਇਹੋ ਜਿਹੇ ਕੰਮ ਕਰਦੇ, ਸਵੇਰ ਨੂੰ ਉੱਠ ਕੇ ਕਹਿਣੇ ਯਾਰ ਮੈਂ ਸ਼ਰਾਬ ਪੀਤੀ ਸੀ ਤਾਂ ਕਰਕੇ ਕਹਿ ਤਾ, ਮੈਂ ਤੈਨੂੰ ਯਾਰ ਉਹ ਗੱਲ ਤਾਂ ਕਹੀ ਸੀ ਕਿਉਂਕਿ ਮੈਂ ਸ਼ਰਾਬ ਪੀਤੀ। ਸ਼ਰਾਬ ਪੀਣ ਦੇ ਨਾਲ ਕੀ ਹੁੰਦਾ ਹੈ, ਨਾ ਤੇ ਉਹਨਾਂ ਦਾ ਦਿਮਾਗ ਆਪਣੇ ਵੱਸ ਚ ਰਹਿੰਦਾ ਹੈ ਤੇ ਨਾ ਉਹਨਾਂ ਦੀ ਜ਼ਬਾਨ ਹੀ ਆਪਣੇ ਵੱਸ ਦੇ ਵਿੱਚ ਰਹਿੰਦੀ ਹੈ। ਤੇ ਉਹ ਇਸੇ ਤਰ੍ਹਾਂ ਜਦੋਂ ਆਤਮਾ ਦੇ ਨਾਲ ਭਰੇ ਹੁੰਦੇ ਹਾਂ ਤੇ ਫਿਰ ਅਸੀਂ ਆਪਣੇ ਦਿਮਾਗ ਦੇ ਹਿਸਾਬ ਨਾਲ ਨਹੀਂ ਚੱਲਾਂਗੇ ਤੇ ਫਿਰ ਅਸੀਂ ਉਹ ਗੱਲਾਂ ਨਹੀਂ ਕਹਾਂਗੇ। ਜਿੱਦਾਂ ਆਮ ਇਨਸਾਨ ਕਹਿੰਦਾ ਹੈ ਆਤਮਾ ਦੀ ਗਵਾਹੀ ਨਾਲ ਜਦੋਂ ਅਸੀਂ ਚੱਲਦੇ ਹਾਂ ਤੇ ਉਦੋਂ ਅਸੀਂ ਗਲਤ ਗੱਲਾਂ ਨਹੀਂ ਕਰਦੇ ਜਿੱਦਾਂ ਸ਼ਰਾਬੀ ਕਰਦਾ, ਜਾਂ ਉਦਾਂ ਅਸੀਂ ਅਜਿਹੇ ਕੰਮ ਨਹੀਂ ਕਰਦੇ ਜਿੱਦਾਂ ਸ਼ਰਾਬੀ ਕਰਦਾ ਉਹ ਤੇ ਬਦਮਸਤੀ ਵਾਲੇ। ਫਿਰ ਅਸੀਂ ਪਵਿੱਤਰ ਵਿਸ਼ਵਾਸ ਦੀਆਂ ਗੱਲਾਂ ਕਰਾਂਗੇ ਤੇ ਸਾਡਾ ਜਿਹੜਾ ਦਿਮਾਗ ਵੀ ਹੈ ਕੀ ਆ ਉਹ ਵਿਸ਼ਵਾਸ ਦੇ ਨਾਲ ਜਾਂ ਸਮਝ ਦੇ ਨਾਲ ਕੀ ਆ ਭਰਿਆ ਹੋਵੇਗਾ। ਇਸ ਕਰਕੇ ਪ੍ਰੋਫੈਸਰ ਸੂਰ ਕਹਿੰਦਾ ਸ਼ਰਾਬ ਨੂੰ ਨਸ਼ੇ ਵਿੱਚ ਨਾ ਰਹੋ, ਨਸ਼ੇ ਵਿੱਚ ਨਾ ਭਰੇ ਰਹੋ, ਭਰੋ ਪਰ ਕੀ ਕਰੋ, ਤੁਸੀਂ ਕੀ ਕਰੋ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਜਾਓ। ਇਹ ਜਿਹੜਾ ਭਰਨਾ ਵਾ ਇਹ ਭਰੇ ਰਹਿਣਾ, ਇਹ ਨਹੀਂ ਕਿ ਸਿਰਫ ਇੱਕ ਵਾਰੀ ਭਰ ਗਿਆ ਜੀ ਮੈਨੂੰ ਪਵਿੱਤਰ ਆਤਮਾ ਮਿਲਿਆ, ਪਵਿੱਤਰ ਆਤਮਾ ਮਿਲਿਆ ਇਹ ਨਹੀਂ ਆ ਕਿ ਬਸ ਮਿਲਿਆ ਬਸ ਤੇ 10 ਸਾਲ ਹੋ ਗਏ ਜੀ ਮੈਨੂੰ ਪਵਿੱਤਰ ਆਤਮਾ ਮਿਲਿਆ ਤੇ ਆਤਮਾ ਦੀ ਗਵਾਹੀ ਨਾਲ ਚੱਲਿਆ ਕਿ ਨਹੀਂ, ਇਹਦਾ ਪਤਾ ਨਹੀਂ। ਪਵਿੱਤਰ ਆਤਮਾ ਨੂੰ ਮਿਲੇ ਦਾ ਭਰੇ ਰਹਿਣ ਦਾ ਮਤਲਬ ਕਿ ਹਰ ਇੱਕ ਦਿਨ ਮਰਦੇ ਦਮ ਤੱਕ ਅਸੀਂ ਪਵਿੱਤਰ ਆਤਮਾ ਨਾਲ ਭਰਦੇ ਰਹਿਣਾ ਰੋਜ਼ ਹੀ। ਮੈਂ ਕਹਿੰਦਾ ਸਾਨੂੰ ਪਵਿੱਤਰ ਭਰਨ ਭਰੇ ਰਹਿਣਾ ਦੇ ਹਰ ਇੱਕ ਕੰਮ ਹਰ ਇੱਕ ਗੱਲ ਸਾਰਾ ਕੁਛ ਕੀ ਕਰਨਾ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਕਰਨਾ। ਹਾਲੇਲੂਯਾ, ਬਹੁਤ ਸਾਰੀਆਂ ਗੱਲਾਂ ਇੱਥੇ ਕੀ ਨੇ ਸਿੱਖਣ ਵਾਲੀਆਂ ਨੇ। ਇਸ ਕਰਕੇ ਮੇਰੀ ਇਹੀ ਮੈਂ ਸ਼ੋਰਟਕੱਟ ਦੇ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਵਿਸ਼ਵਾਸੀ ਬਣ ਗਏ ਹਾਂ, ਨਵਾਂ ਜਨਮ ਪਾ ਲਿਆ ਹੈ ਤੇ ਹੁਣ ਜਿਹੜਾ ਅਸੀਂ ਜੀਵਨ ਬਤੀਤ ਕਰਨਾ ਹੈ ਉਹ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਜਾਂ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਕੀ ਕਰਨਾ ਹੈ, ਜੀਵਨ ਬਤੀਤ ਕਰਨਾ ਹੈ। ਤੇ ਦੂਸਰੀ ਗੱਲ ਇਹ ਹੈ ਕਿ ਅਸੀਂ ਵਿਸ਼ਵਾਸ ਦੇ ਨਾਲ ਕੀ ਕਰਨਾ ਹੈ, ਜੀਵਨ ਬਤੀਤ